ਵੱਡੀ ਗੱਡੀ 'ਚ ਛੋਟੀ ਗੱਡੀ ਰੱਖ ਕੇ ਜੀ ਅਸੀਂ ਚੱਲੇ ਘਰੋਂ ਬਾਹਰ ਸਿਰਸਾ ਆਪਣੀ ਐਨੀਵਰਸਰੀ ਸੈਲੀਬ੍ਰੇਟ ਕਰਨੀ ਹੈ ਜੀ ਸਾਡਾ ਪੰਜਾ ਉੱਚੀ ਉੱਚੀ ਹੀਲ ਪਾ ਕੇ ਡਿਗਦੇ ਡਗਾਉਂਦੇ ਜੀ ਅਸੀਂ ਪਹੁੰਚ ਗਏ ਆਪਣੀ ਲੋਕੇਸ਼ਨ ਤੇ ਸਭ ਤੋਂ ਪਹਿਲਾਂ ਜੀ ਅਸੀਂ ਖਾਧੀ ਬੇਲ ਪੂਰੀ ਦੈਨ ਗੋਲ ਗੱਪੇ ਦੈਨ ਸਵੀਟ ਕੌਰਨ ਬੱਚਾ ਜਿੱਦ ਕਰ ਰਿਹਾ ਸੀ ਜੀ ਟ੍ਰੇਨ ਦੇ ਵਿੱਚ ਚੜਨ ਦੀ ਸਾਡਾ ਦਿਲ ਬਹੁਤ ਵੱਡਾ ਜੀ ਅਸੀਂ ਬੱਚਾ ਛੱਡੋ ਨਾਲ ਉਹਦੀ ਮੰਮੀ ਵੀ ਚੜਾਤੀ ਕਿ ਤੁਸੀਂ ਤਾਂ ਜਾਓ ਜੀ ਲਓ ਝੂਟੇ ਉਸ ਤੋਂ ਬਾਅਦ ਜੀ ਅਸੀਂ ਲੱਗੇ ਆਪਦੇ ਕੰਮ ਤੇ ਇਨਸਟਾ ਰੀਲ ਮੇਰੇ ਖੂਨ ਚ ਹੈ ਕੀ ਕਰੀਏ ਤਾਂ ਵੀਡੀਓਜ਼ ਲਿੱਤੀਆਂ ਆਏ ਹਾਈ ਕੁੜੀ ਦਾ 글로 ਚੈੱਕ ਕਰੋ ਤੁਸੀਂ ਫਿਲਟਰ ਨਾਲ ਉਸ ਤੋਂ ਬਾਅਦ ਜੀ ਇਹ ਸਾਡਾ ਰਾਈਟ ਹੈ ਕਿ ਅਸੀਂ ਕਿਤੇ ਵੀ ਜਾਈਏ ਅਸੀਂ ਵੀਡੀਓ ਤਾਂ ਪਾਣੀ ਹੁੰਦੀ ਹੈ ਮੇਰੇ ਤੋਂ ਰਹੀ ਨਹੀਂ ਜਾਂਦੀ ਕੀ ਕਰੀਏ ਅਸੀਂ ਜੀ ਟੁਕ ਟੁਕ ਤੇ ਚੜੇ ਹਸਬੰਦ ਕਹਿੰਦੇ ਬਟੂਆ ਕਾਫੀ ਭਾਰੀ ਹੈ ਮੈਂ ਕਿਹਾ ਚਲੋ ਖਾਲੀ ਕਰ ਦਈਏ ਸੂਟ ਲੈ ਕੇ ਦੈਨ ਜੀ ਅਸੀਂ ਰੋਮਾਂਟਿਕ ਜੇ ਗਾਣੇ ਸੁਨੇ ਔਰ ਉਸ ਤੋਂ ਬਾਅਦ ਜੀ ਉੱਡਦੇ ਉਡਾਉਂਦੇ ਅਸੀਂ ਪਹੁੰਚੇ ਸੀ ਪੀਪਲ ਲਾਉਜ ਪੁੱਠੇ ਦਿਨ ਦੇ ਜੰਮੇ ਲੋਕ ਅੰਦਰ ਜਾਈ ਜਾਂਦੇ ਸੀ ਤੇ ਅਸੀਂ ਬਾਹਰ ਨੂੰ ਵੀਡੀਓਜ਼ ਬਣਾਉਣ ਦੇ ਚੱਕਰ ਦੇ ਵਿੱਚ viewpoint کافی اچھا ਸੀ ਇਹਨਾਂ ਦਾ ਔਰ ਖਾਣਾ ਵੀ ਬਹੁਤ ਵਧੀਆ ਸੀ ਤਾਂ ਅਸੀਂ ਖਾਣਾ ਖਾ ਕੇ ਵਾਪਸ ਚੱਲੇ ਜੀ ਆਪਣੇ ਘਰ ਨੂੰ ਐਂਡ ਬਾਏ ਬਾਏ